सिखां नूं इन्नी की खुशी आ, सब तो वड्डी खुशी की आ कि जिस दिन छैणी नूं अरैसट कीता जी, उस दिन जिहड़ी बीबी बलजीत कौर जेल ब्रेक केस दे विच शामिल सी, जिन्हें भाई जगतार सिंह हवारा, भाई जगतार सिंह तारा ते भाई परमजीत सिंह भ्योरा नूं जेल दे विचों निकलण दे विच मदद कीती, ਉਹ ਇਸ ਦਿਨ ਹੀ ਚੜਾਈ ਕੀਤੇ ਸੀ, ਅੱਜ ਦੇ ਦਿਨ ਉਹਨਾਂ ਦਾ ਸੰਸਕਾਰ ਹੋਇਆ ਸੀ ਤੇ ਇਸੇ ਦਿਨ ਹੀ ਛੈਣੀ ਜਿਹੜਾ ਵਾ ਉਹਨੂੰ ਇੱਕ ਦਿਨ ਹਵਾਲਾਤ ਦੇ ਵਿੱਚ ਕਤਨੀ, ਹਵਾਲਾਤ ਦੇ ਵਿੱਚ ਵੀ ਉਹਨੂੰ ਕਿੱਥੇ ਰੱਖਿਆ ਹੋਣਾ, ਉਹਨੂੰ ਤੇ ਬੜੀ ਜਿਹੜੀ ਆ ਏ ਕਲਾਸ ਫੈਸਿਲਿਟੀ ਮਿਲੀ ਹੋਏਗੀ ਥਾਣੇ ਦੇ ਵਿੱਚ ਵੀ ਜਿੱਥੇ ਉਹਨੂੰ ਅਰੈਸਟ ਕੀਤਾ, ਤੇ ਜਦੋਂ ਜਾਣਦੇ ਹੋਏ ਵੀ ਕਿ ਸਾਡੀ ਜਿਹੜੀ ਕਾਰਵਾਈ ਆ ਇਹ ਨਹੀਂ ਕੋਰਟ ਦੇ ਵਿੱਚ ਠਹਿਰਨੀ ਤੇ ਇਹਨਾਂ ਨੂੰ ਇਹ ਹਾਦਸਾ ਹੋਈ ਨਹੀਂ, ਕਾਰਵਾਈ ਕਰਨ ਦੀ ਜ਼ਰੂਰਤ ਹੀ ਕੀ, ਸਿਰਫ ਇੱਕ ਦਿਖਾਵਾ ਕੀਤਾ ਗਿਆ, ਅੱਖਾਂ 'ਚ ਘੱਟਾ ਪਾਇਆ ਗਿਆ ਤੇ ਲੋਕਾਂ ਨੇ ਉਹ ਅੱਖਾਂ ਦੇ ਵਿੱਚ ਜਿਹੜਾ ਘੱਟਾ ਸੀ ਉਹਦੇ ਨਾਲ ਥੋੜ੍ਹੀ ਜਿਹੀ ਖੁਸ਼ੀ ਮਹਿਸੂਸ ਕਰ ਲਈ, ਇਹਦੋਂ ਵੱਧ ਕੋਈ ਨਹੀਂ ਜੀ। ਵਾਕਈ ਜਦੋਂ ਤੁਸੀਂ ਆਖਿਆ ਕਿ ਜੇਲ੍ਹ ਦੇ ਉੱਥੇ ਥਾਣੇ ਵਿੱਚ ਵੀ ਸੁਰੱਖਿਆ ਕਿੱਦਾਂ ਦੀ ਦਿੱਤੀ ਗਈ ਹੋਊਗੀ, ਕਿਸ ਤਰੀਕੇ ਨਾਲ ਰੱਖਿਆ ਗਿਆ ਹੋਊਗਾ, ਵਾਕਈ ਮੈਨੂੰ ਲੱਗਦਾ ਕਿ ਸਮਝਿਆ ਜਾ ਸਕਦਾ ਹੈਗਾ, ਜਾਂ ਬਹੁਤ ਸਾਰੇ ਲੋਕ ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹ ਸਮਝ ਸਕਦੇ ਇਸ ਗੱਲ ਨੂੰ ਕਿ ਜਿਹਨਾਂ ਹਕੂਮਤਾਂ ਨੇ ਉਹਦੀ ਪਿੱਠ ਦੇ ਉੱਪਰ ਥਾਪੜਾ ਦੇ ਕੇ ਉਹਨੂੰ ਪੰਜਾਬ ਦੇ ਵਿੱਚ ਆਖਿਆ ਕਿ ਤੂੰ ਆਹ ਸਾਰਾ ਕੁਝ ਕਰਦਾ ਰਹਿ, ਉਹ ਹਕੂਮਤਾਂ ਉਹਦੇ ਅਰੈਸਟ ਹੋਣ ਦੇ ਉੱਪਰ ਕਿਸ ਤਰੀਕੇ ਨਾਲ ਪੇਸ਼ ਆਉਂਦੀਆਂ ਹੋਣਗੀਆਂ, ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ। ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ 18 ਅਗਸਤ, ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਇੱਕ ਵਾਰ ਫਿਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਭਾਈ ਚੌੜਾ ਜੀ ਨੇ ਜਿਹੜੀ ਗੱਲ ਦੱਸੀ ਹੈ ਮੈਨੂੰ ਵੀ ਐਗਜੈਕਟ ਤਰੀਕ ਦਾ ਨਹੀਂ ਸੀ ਪਤਾ, ਬੀਤੀ ਕੱਲ੍ਹ 18 ਅਗਸਤ ਵਾਲੇ ਦਿਨ 18 ਅਗਸਤ ਸੰਨ 2004 ਨੂੰ ਜਦੋਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਔਰ ਭਾਈ ਪਰਮਜੀਤ ਸਿੰਘ ਭਿਓਰਾ ਸੁਰੰਗ ਪੁੱਟ ਕੇ ਫਰਾਰ ਹੁੰਦੇ ਆ, ਤਾਂ ਉਸ ਤੋਂ ਬਾਅਦ ਬੀਬੀ ਬਲਜੀਤ ਕੌਰ ਨੂੰ ਅਰੈਸਟ ਕੀਤਾ ਜਾਂਦਾ ਹੈਗਾ। ਬੀਬੀ ਬਲਜੀਤ ਕੌਰ ਜਿਨ੍ਹਾਂ ਨੇ ਕਿ ਉਹਨਾਂ ਦੀ ਉੱਥੋਂ ਭੱਜਣ ਦੇ ਵਿੱਚ ਮਦਦ ਕੀਤੀ ਸੀਗੀ, ਬੜੈਲ ਜੇਲ੍ਹ ਤੋੜਨ ਦੇ ਵਿੱਚ ਬੀਬੀ ਬਲਜੀਤ ਕੌਰ ਨੂੰ ਅਰੈਸਟ ਕੀਤਾ ਸੀਗਾ, ਔਰ ਬੀਤੀ ਕੱਲ੍ਹ 18 ਅਗਸਤ ਵਾਲੇ ਦਿਨ ਹੀ ਉਹਨਾਂ ਦੀ ਡੈਥ ਹੁੰਦੀ ਆ, ਉਹ ਸ਼ਹੀਦ ਹੁੰਦੇ ਨੇ, ਔਰ ਅਗਲੇ ਦਿਨ ਭਾਵ ਕਿ 19 ਅਗਸਤ ਵਾਲੇ ਦਿਨ ਭਾਵ ਕਿ ਅੱਜ ਦੇ ਦਿਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ। ਇਹ ਖਾਸ ਗੱਲ ਜਿਹੜੀ ਹੈ ਭਾਈ ਨਰੈਣ ਸਿੰਘ ਚੌੜਾ ਜੀ ਨੇ ਦੱਸੀ ਹੈ। ਭਾਈ ਚੌੜਾ ਜੀ, ਮੈਂ ਤੁਹਾਡੇ ਕੋਲੋਂ ਥੋੜ੍ਹਾ ਜਾਣਨਾ ਚਾਹੁੰਦਾ ਕਿ ਬੀਬੀ ਬਲਜੀਤ ਕੌਰ ਜੀ ਦੀ ਸ਼ਹੀਦੀ ਕਿਵੇਂ ਹੁੰਦੀ ਹੈ, ਉਹ ਅਰੈਸਟ ਹੋ ਗਏ ਸੀਗੇ, ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਕੀ ਕੁਛ ਵਾਪਰਿਆ ਸੀਗਾ? ਵੇਖੋ ਜੀ, ਮੇਰੀਆਂ ਅੱਖਾਂ ਦੇ ਸਾਹਮਣੇ ਛੈਣੀ ਨੇ ਬਿਨਾਂ ਕਿਸੇ ਲੇਡੀ ਪੁਲਿਸ ਦੇ ਉਹ ਬੀਬੀ ਨੂੰ ਇੰਜ ਕੋਹਿਆ ਜਿਸ ਤਰ੍ਹਾਂ ਜਲਾਦ ਜਿਹੜੇ ਆ ਉਹ ਕੁੰਦੇ ਆ, ਤੇ ਉਹ ਕਹਾਣੀ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਬਿਆਨ ਕਰਨੀ ਬਹੁਤ ਦੁਖਦਾਈ ਆ, ਤੇ ਉਹਨੂੰ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕੋਹਿਆ ਵੀ ਨਹੀਂ, ਸਿਰਫ ਕੋਹਿਆ ਹੀ ਨਹੀਂ, ਉਹਨੂੰ ਬੇਇੱਜ਼ਤ ਵੀ ਕੀਤਾ ਗਿਆ, ਉਹਦੀ ਇੱਜ਼ਤ ਜਿਹੜੀ ਆ ਉਹ ਵਲੂੰਦਰੀ ਗਈ, ਤੇ ਇਹ ਛੈਣੀ ਲਾ ਕੇ ਐਵੋ ਚੁਟਕੀਆਂ ਮਾਰਦਾ ਸੀ, ਚੁਟਕੀਆਂ ਐਵੋ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਤੱਕਿਆ। ਜੀ ਜੀ ਜੀ, ਮੈਨੂੰ ਲੱਗਦਾ ਕਿ ਭਾਈ ਨਰੈਣ ਸਿੰਘ ਚੌੜਾ ਜੀ ਨੇ ਇਹ ਆਪਣੀਆਂ ਅੱਖਾਂ ਦੇ ਸਾਹਮਣੇ ਤੱਕਿਆ ਜਿਵੇਂ ਉਹਨਾਂ ਨੇ ਦੱਸਿਆ ਕਿ ਸਾਰਾ ਕੁਛ ਵਾਪਰਿਆ। ਭਾਈ ਸਾਹਿਬ ਜੀ, ਫਿਰ ਉਹਨਾਂ ਦੀ ਸ਼ਹੀਦੀ ਉੱਥੇ ਹੀ ਹੋ ਜਾਂਦੀ ਹੈ ਥਾਣੇ 'ਚ? ਨਹੀਂ 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 ਨਹੀਂ, ਸ਼ਹੀਦੀ ਤੇ ਕਈ ਸਾਲ ਬਾਅਦ ਉਹ ਚੜਾਈ ਕੀਤੇ ਆ, ਕਿਉਂਕਿ ਕਾਰਨ ਉਹ ਟਾਰਚਰ ਹੀ ਜਦੋਂ ਉਹਨਾਂ ਨੂੰ ਕੋਹਿਆ ਗਿਆ ਉਹ ਕੋਹਣ ਦੇ ਨਾਲ ਉਹਨਾਂ ਦਾ ਅਬਾਰਸ਼ਨ ਹੋ ਗਿਆ, ਉਸ ਤੋਂ ਬਾਅਦ ਹੀ ਉਹਨਾਂ ਨੂੰ ਉੱਥੋਂ ਜਿਹੜਾ ਵਾ ਕੈਂਸਰ ਹੋ ਗਿਆ, ਕੈਂਸਰ ਤੋਂ ਬਾਅਦ ਉਹ ਲੰਮਾ ਸਮਾਂ ਫਿਰ ਕਦੀ ਉਹਨਾਂ ਦਾ ਇਲਾਜ ਚੱਲਿਆ PGI ਦੇ ਵਿੱਚ, ਅਖੀਰ ਉਹਨਾਂ ਦੀ ਡੈਥ ਹੋਈ ਆ ਕੁਝ ਸਾਲ ਬਾਅਦ, ਉਹ ਹੁਣ ਮੈਨੂੰ ਸਾਲ ਯਾਦ ਨਹੀਂ, ਪਰ ਉਹਦਾ ਕਾਰਨ ਉਹ ਜ਼ੁਲਮੋ ਸਿੱਤਮ ਜਿਹੜੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ ਉਹਨਾਂ ਤਸੀਹਿਆਂ ਦੇ ਨਾਲ ਹੀ ਉਹਨਾਂ ਦੇ ਸਰੀਰ ਦੇ ਵਿੱਚ ਜਿਹੜਾ ਵਾ ਨਾ ਇਲਾਜ ਰੋਗ ਜਿਹੜਾ ਵਾ ਉਹ ਲੱਗ ਗਿਆ, ਤੇ ਉਹਦੇ ਨਾਲ ਹੀ ਉਹ ਚੜ੍ਹਾਈ ਕਰ ਗਏ, ਕਿਉਂਕਿ ਉਹਨਾਂ ਨੂੰ ਕੋਹਿਆ ਗਿਆ ਸੀ ਤੇ ਕੋਹਣ ਦੇ ਨਾਲ ਹੀ ਉਹਨਾਂ ਨੂੰ ਸਰੀਰਕ ਜਿਹੜਾ ਵਾ ਰੋਗ ਲੱਗਾ, ਤੇ ਉਹ ਰੋਗ ਦੇ ਨਾਲ ਚੜ੍ਹਾਈ ਕੀਤੇ, ਇਸ ਕਰਕੇ ਉਹਨਾਂ ਨੂੰ ਆਪਾਂ ਸ਼ਹੀਦ ਹੀ ਮੰਨਾਂਗੇ, ਕਿਉਂਕਿ ਉਹਨਾਂ ਦਾ ਉਹ ਪੰਥ ਦੀ ਧੀ ਦਾ ਰੁਤਬਾ ਪ੍ਰਾਪਤ ਸਿੱਖ ਕੌਮ ਨੇ ਉਹਨਾਂ ਨੂੰ
ਜਿਹੜੀਆਂ ਪੰਥਕ ਜਥੇਬੰਦੀਆਂ ਸੀ ਉਹਨਾਂ ਨੂੰ ਪੰਥ ਦੀ ਧੀ ਦਾ ਰੁਤਬਾ ਦਿੱਤਾ ਸੀ ਅਤੇ ਉਹਨਾਂ ਦੀ ਬਸ ਸਿੱਖਾਂ ਨੂੰ ਇੰਨੀ ਕੀ ਖੁਸ਼ੀ ਆ ਵੀ ਉਸ ਦਿਨ ਇਹ ਇੱਕ ਦਿਨ ਹਵਾਲਾਤ ਦੇ ਵਿੱਚ ਰਿਹਾ ਜੀ, ਥਾਣੇ 'ਚ ਰਿਹਾ, ਹਵਾਲਾਤ ਦੇ ਵਿੱਚ ਇਹਨੂੰ ਕਿੱਥੇ ਬੰਦ ਕੀਤਾ ਨਾ। ਜੀ ਭਾਈ ਚੌੜਾ ਜੀ, ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਇਹ ਵੀ ਜ਼ਰੂਰ ਦੱਸੋ ਵੀ ਕਿਹੜੇ ਜ਼ਿਲ੍ਹੇ ਦੇ ਕਿਹੜੇ ਸ਼ਹਿਰ ਦੇ ਥਾਣੇ ਦੀ ਗੱਲ ਆ ਇਹ ਸਾਰੀ, ਇਹ ਔਰ ਤੁਸੀਂ ਉੱਥੇ ਕਿਵੇਂ ਹਾਜ਼ਰ ਸੀਗੇ? ਦੇਖੋ ਜੀ, ਮੇਰੇ ਤੇ ਵੀ ਕੇਸ ਪਾਇਆ ਗਿਆ ਸੀ ਜੀ, ਜੇਲ੍ਹ ਬਰੇਕ, ਜੇਲ੍ਹ ਬਰੇਕ ਕੇਸ ਮੇਰੇ ਤੇ ਬੀਬੀ ਬਲਜੀਤ ਕੌਰ ਦੇ ਉੱਤੇ ਪਾਇਆ ਗਿਆ ਸੀ। ਉਹਨਾਂ ਨੂੰ ਅਰੈਸਟ ਕੀਤਾ ਸੀ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਦੇ ਘਰੋਂ, ਜਿੱਥੇ ਉਹ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਹੇ ਸੀ, ਅਤੇ ਮੈਨੂੰ ਅਰੈਸਟ ਕੀਤਾ ਸੀ ਚੰਡੀਗੜ੍ਹ ਦੀ ਬੋਗਨ ਵਿਲਿਆ ਪਾਰਕ ਤੋਂ। ਮੈਨੂੰ ਜਿਹੜਾ ਅਰਨਜੀਤ ਸਿੰਘ ਵਾਲੀਆ ਵਕੀਲ ਸੀ ਉਹਨੇ ਧੋਖੇ ਦੇ ਨਾਲ ਮੈਨੂੰ ਅਰੈਸਟ ਕਰਾਇਆ ਸੀ, ਅਤੇ ਉਹ ਕੇਸ ਦੀ ਜਿਹੜੀ ਤਬਦੀਲ ਸੀ ਉਹ ਉਦੋਂ ਇਹ ਆਈ ਜੀ ਰੈਂਕ ਦੇ ਦੋ ਅਫਸਰ ਸਨ, ਇੱਕ ਸੁਮੇਧ ਸੈਣੀ ਅਤੇ ਦੂਜਾ ਆਰ ਪੀ ਸਿੰਘ। ਇਹਨਾਂ ਦੋਹਾਂ ਨੇ ਹੀ ਅਤੇ ਹੋਰ ਬਹੁਤ ਸਾਰੇ ਐਸ ਐਸ ਪੀ ਜਿਹੜਾ ਸ਼ਿਵ ਕੁਮਾਰ ਸੀ, ਐਸ ਐਸ ਪੀ ਗੌਰ ਯਾਦਵ ਮੋਹਾਲੀ ਦਾ, ਅਤੇ ਐਸ ਐਸ ਪੀ ਸ਼ਿਵ ਕੁਮਾਰ ਜਿਹੜਾ ਫਤਿਹਗੜ੍ਹ ਸਾਹਿਬ ਦਾ, ਅਤੇ ਹੋਰ ਵੀ ਪਤਾ ਨਹੀਂ ਜਿਹੜੇ ਕਿੰਨੇ ਕੁ ਅਫਸਰ ਸਨ ਉੱਥੇ, ਜਿਹੜਾ ਡੀ ਐਸ ਪੀ ਸਾਗਰ ਸੀ ਇੱਕ ਜਿਹੜਾ ਹੁਣ ਵਕੀਲ ਬਣਿਆ ਵਾ ਚੰਡੀਗੜ੍ਹ ਦੀ ਕੋਰਟ ਦੇ ਵਿੱਚ, ਉਹ ਇਹ ਸਾਰੇ ਜਿਹੜੇ ਆ, ਅਤੇ ਨਾਲ ਇਹਨਾਂ ਦਾ ਜਿਹੜਾ ਜਲਾਦ ਟੋਲਾ ਉਹਨਾਂ ਨੇ ਮੈਨੂੰ ਵੀ ਅਤੇ ਉਹ ਬੀਬੀ ਬਲਜੀਤ ਕੌਰ ਨੂੰ ਵੀ ਬਹੁਤ ਹੀ ਬੇਰਹਿਮੀ ਦੇ ਨਾਲ ਥਰਡ ਡਿਗਰੀ ਟਾਰਚਰ ਕੀਤਾ ਸੀ, ਅਤੇ ਉਹ ਸਾਰੀਆਂ ਮੈਂ ਅੱਖਾਂ ਦੇ ਨਾਲ ਤੱਕਿਆ। ਇਹਨਾਂ ਦਾ ਟਾਰਚਰ ਕਰਨ ਦਾ ਤਰੀਕਾ ਕੀ ਹੁੰਦਾ ਸੀ, ਲੱਤਾਂ ਪਾੜਨੀਆਂ, ਟੰਗ ਦੇਣਾ, ਬਿਜਲੀ ਦੇ ਝਟਕੇ ਲਾਉਣੇ। ਮੇਰੇ ਮੈਨੂੰ ਕਰੀਬ 200 ਵਾਰੀ ਬਿਜਲੀ ਦਾ ਝਟਕਾ ਲਾਇਆ ਹੋਏਗਾ। ਇੱਕ ਕੇ ਆਈ ਪੀ ਜਿਹੜਾ ਮੁਲਤਾਨੀ ਕੇਸ ਦੇ ਵਿੱਚ ਸ਼ੈਣੀ ਦੇ ਨਾਲ ਕੋ ਅਕਿਊਜ਼ਡ ਆ ਜਿਹੜਾ ਬਾਹਰ ਨਿਕਲ ਗਿਆ, ਉਹ ਉਦੋਂ ਸੀ ਆਈ ਏ ਸਟਾਫ ਚੰਡੀਗੜ੍ਹ ਦਾ ਇੰਸਪੈਕਟਰ ਹੁੰਦਾ ਸੀ, ਅਤੇ ਸਾਨੂੰ ਕਿਸੇ ਅਣਦੱਸੀ ਥਾਂ ਦੇ ਉੱਤੇ ਲਿਜਾ ਕੇ ਜਿਹੜੀ ਅਸੀਂ ਭਈ ਅੱਖਾਂ ਬੰਨ ਕੇ ਲੈ ਜਾਂਦੇ ਸੀ, ਅਤੇ ਅੰਦਰ ਕਮਰਾ ਹੀ ਜਿਹੜਾ ਸਾਨੂੰ ਪਤਾ ਲੱਗਦਾ ਵੀ ਆਹ ਕਮਰਾ ਵਾ ਜਿਹਦੇ ਵਿੱਚ ਥੱਲੇ ਪਾਣੀ, ਫਰਸ਼ ਦੇ ਉੱਤੇ ਪਾਣੀ, ਕੱਪੜੇ ਲਵਾ ਲੈਣੇ, ਫਿਰ ਬਿਜਲੀ ਦੇ ਝਟਕੇ ਲਾਉਣੇ, ਅਤੇ ਬਹੁਤ ਬੇਰਹਿਮੀ ਦੇ ਨਾਲ ਟਾਰਚਰ ਕਰਨਾ। ਅਤੇ ਇਹ ਸ਼ੈਣੀ ਖੁਦ ਇੱਕ ਪਾਸੇ ਮੇਰੀਆਂ ਜਿਹੜੀਆਂ ਲੱਤਾਂ ਉਹ ਖਿੱਚ ਕੇ ਜੇ 180 ਡਿਗਰੀ 'ਤੇ ਨਹੀਂ ਕੀਤੀਆਂ ਜਾਂਦੀਆਂ ਅਤੇ 170 ਡਿਗਰੀ 'ਤੇ ਕਰਕੇ ਇਹ ਮੇਰੀਆਂ ਲੱਤਾਂ 'ਤੇ ਵੀ ਚੜ੍ਹਦਾ ਸੀ ਅਤੇ ਬੀਬੀ ਬਲਜੀਤ ਕੌਰ ਦੀਆਂ ਜੀ। ਭਾਈ ਚੌੜਾ ਜੀ 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 ਜੀ